ਨਕੋਦਰ ਨਿਊਜ਼ਪੁਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿੱਚ ਜਾਣੀ ਜਾਂਦੀ ਨਾਭਾ ਦੀ ਮੈਕਸਿਮਮ ਸਿਕਿਉਰਿਟੀ ਜੇਲ੍ਹ, ਜਿੱਥੇ ਖੂੰਖਾਰ ਅੱਤਵਾਦੀ ਅਤੇ ਖਤਰਨਾਕ ਗੈਂਗਸਟਰ ਬੰਦ ਹਨ। ਇਸ ਜੇਲ੍ਹ ਵਿੱਚ SSP ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਜੇਲ੍ਹ ਅੰਦਰੋਂ ਮੋਬਾਈਲ ਦੀ ਵੱਡੀ ਖੇਪ ਬਰਾਮਦ ਕੀਤੀ ਗਈ, ਜਿਸ ਵਿੱਚ 12 ਮੋਬਾਈਲ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ। 8 ਮੋਬਾਈਲ ਜੇਲ੍ਹ ਵਿੱਚ ਅੰਦਰ ਬੰਦ ਕੈਦੀਆਂ ਕੋਲ ਬਰਾਮਦ ਕੀਤੇ ਗਏ ਅਤੇ 4 ਮੋਬਾਈਲ ਅੰਦਰ ਬੈਰਕਾਂ ਵਿੱਚ ਮਿਲੇ ਹਨ। ਅਤੇ ਵੱਡਾ ਸਵਾਲ ਤਾਂ ਇਹ ਹੈ ਕਿ ਜੇਲ੍ਹ ਸਭ ਤੋਂ ਪਹਿਲਾਂ ਦੀ ਹਾਈ ਸਿਕਿਉਰਿਟੀ ਜੇਲ੍ਹ ਹੈ, ਕਿਤੇ ਪਰਿੰਦਾ ਵੀ ਪੈਰ ਨਹੀਂ ਮਾਰ ਸਕਦਾ। ਇੰਨੀ ਵੱਡੀ ਮਾਤਰਾ ਵਿੱਚ ਮੋਬਾਈਲ ਜੇਲ੍ਹ ਪ੍ਰਸ਼ਾਸਨ ਦੀ ਮਿਲੀ ਭਗਤ ਤੋਂ ਅੰਦਰ ਨਹੀਂ ਜਾ ਸਕਦੇ, ਇਹ ਜੇਲ੍ਹ ਪ੍ਰਸ਼ਾਸਨ ਇਸ ਵਾਲੇ ਨਿਸ਼ਾਨਾ ਹੈ। ਇਸ ਦੀ ਚੈਕਿੰਗ ਵਿੱਚ 150 ਦੇ ਕਰੀਬ ਪੁਲਿਸ ਮੁਲਾਜ਼ਮਾਂ ਵੱਲੋਂ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਨਾਭਾ ਦੇ ਕੋਤਵਾਲ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਜਿਸ ਜੇਲ੍ਹ ਦੀ ਅਚਨਚੇਤ ਚੈਕਿੰਗ ਕੀਤੀ ਗਈ ਹੈ ਅਤੇ ਵੱਖ ਵੱਖ ਬੈਰਕਾਂ ਵਿੱਚ 12 ਮੋਬਾਈਲ ਬਰਾਮਦ ਕੀਤੇ ਗਏ ਹਨ ਅਤੇ ਅਸੀਂ ਕੈਦੀਆਂ ਤੋਂ ਪੁੱਛਗਿੱਛ ਕਰਕੇ ਅਗਲੇ ਦੀ ਕਾਰਵਾਈ ਕੀਤੀ ਜਾਵੇਗੀ। ਬਾਰਾਂ ਮੋਬਾਈਲ ਮਿਲੇ ਨੇ ਜੀ, ਜਿਹੜੇ 8 ਬੰਦੇ ਜਿਹੜੇ ਨੋਨ ਨੇ ਅਤੇ ਜਿਹੜੇ 3 ਮੋਬਾਈਲ ਹੈ ਜਿਹੜੇ ਉਹ ਅਨਨੋਨ ਨੇ। ਉਹਨਾਂ ਬਾਰੇ IMEI ਨੰਬਰ ਸਰਚ 'ਤੇ ਲਾਇਆ ਜਾ ਰਿਹਾ। ਸਰਚ 'ਤੇ ਲਾ ਕੇ ਅਸੀਂ ਮੁਕੱਦਮਾ ਦਰਜ ਕਰਤਾ, ਸੁਪਰਡੈਂਟ ਸਾਹਿਬ ਤੋਂ ਐਪਲੀਕੇਸ਼ਨ ਲੈ ਕੇ, ਅਤੇ ਅਗਲੀ ਜਿਹੜੀ ਕਾਰਵਾਈ ਹੈ ਅਸੀਂ ਉਹਨਾਂ ਨੂੰ। ਹਾਂ, ਵਿਦ ਸਿਮ ਬੈਟਰੀਆਂ ਚਾਰਜਰ ਨਾਲ ਮਿਲੇ। 5 ਨੰਬਰ, 6 ਨੰਬਰ, 20 ਨੰਬਰ ਚੱਕੀਆਂ ਜੀ। ਨਹੀਂ, ਟੈਰੋਰਿਸਟ ਕੋਈ ਨਹੀਂ ਉਹਨਾਂ 'ਚ, ਟੈਰੋਰਿਸਟ ਕੋਈ ਨਹੀਂਗਾ। ਅਤੇ UAP ਦੇ ਉਹਨਾਂ ਦੇ ਪਰਚੇ ਜ਼ਰੂਰ ਦਰਜ ਨੇ, 2 ਮੁੰਡੇ ਜਿਹੜੇ ਹੁਸ਼ਿਆਰਪੁਰ ਵਾਲੇ ਨੇ, ਪਰ ਉਹਨਾਂ ਦੇ ਕੋਈ ਟੈਰੋਰਿਸਟ ਦੇ ਐਂਗਲ ਨਾਲ ਕੋਈ ਨਹੀਂ। ਇਹ ਤਾਂ ਹੁਣ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ, ਇਸ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ। ਇਹ ਤਾਂ ਜੇਲ੍ਹ ਪ੍ਰਸ਼ਾਸਨ ਹਾਂਜੀ, ਉਦੋਂ ਇਹਨਾਂ ਨੇ ਬਾਹਰ ਜਿਹੜੇ ਲਵਾਰਸ ਮਿਲੇ ਸੀਗੇ, ਅਤੇ ਅੱਜ ਤਾਂ ਜਿਹੜੀ ਆ ਜੇਲ੍ਹ ਸੁਪਰਡੈਂਟਰ ਨੇ ਸ਼੍ਰੀਮਾਨ SSP ਸਾਹਿਬ ਦੀ ਹਦਾਇਤ ਮੁਤਾਬਕ ਜਿਹੜੀ ਆ ਸਰਚ ਕਰਵਾਈ ਸੀਗੀ ਸਾਰੀ ਜੇਲ੍ਹ ਦੀ। ਜ਼ਿਲ੍ਹਾ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਰਚ ਕੀਤੀ ਗਈ ਹੈ, ਇਸ ਲਈ ਜਿਹੜੇ ਮੋਬਾਈਲ ਸੀਗੇ ਇਹ ਮਿਲੇ। ਅੱਜ ਸੀਗੇ ਜੀ, ਇੱਕ SP ਸਾਹਿਬ, ਇੱਕ ਜੇਲ੍ਹ ਸੁਪਰਡੈਂਟ ਸਾਹਿਬ ਸੀਗੇ, 2 DSP ਸਾਹਿਬਾਨ ਸੀਗੇ, 3 ਇੰਸਪੈਕਟਰ ਸੀਗੇ, ਅਤੇ 25 ਸਬ ਇੰਸਪੈਕਟਰ ਸੀਗੇ, 70 ਸਾਡੇ OR ਸੀਗੇ। ਜੇ ਉਹ ਅਸੀਂ ਜੀ ਇਹਨਾਂ ਦੀ ਜਿਹੜੀ ਇੰਟੈਰੋਗੇਸ਼ਨ ਕਰਾਂਗੇ ਅਕਿਊਜ਼ਡ ਦੀ, ਉਹਨਾਂ ਦੀ ਇੰਟੈਰੋਗੇਸ਼ਨ 'ਤੇ ਜੇ ਕੋਈ ਐਸੀ ਗੱਲ ਸਾਹਮਣੇ ਆਈ ਤਾਂ ਜ਼ਰੂਰ ਲਿਖ ਕੇ ਭੇਜਾਂਗੇ ਅਸੀਂ। ਨਹੀਂ, ਅਸੀਂ ਇਹ ਕੁਛ ਨਹੀਂ ਕਹਿ ਸਕਦੇ ਵੀ ਕਿਵੇਂ ਗਏ ਨੇ, ਤਾਂ ਹੁਣ ਉਹਨਾਂ ਨੂੰ ਇਹ ਪਤਾ ਹੋ ਸਕਦਾ ਵੀ ਕੀ।